ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਜਿਹੜੇ ਬੱਚੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਜੀ ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹਨਾ ਮੈਂ ਕਾਫੀ ਇੱਕ ਦੋ ਬੱਚੇ ਨੇ ਜਿਹੜੇ ਉਹ ਨਾ ਬਿਨਾਂ ਵੀਡੀਓ ਦੇਖੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿੰਦੇ ਆ ਕਿ ਫੇਕ ਇਨਫੋਰਮੇਸ਼ਨ ਸੋ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਹਿਲਾਂ ਵੀਡੀਓ ਨੂੰ ਕੰਪਲੀਟ ਵਾਚ ਕਰ ਲਿਆ ਕਰੋ ਉਸ ਤੋਂ ਬਾਅਦ ਕਮੈਂਟ ਕਰਿਆ ਕਰੋ ਕਿਉਂਕਿ ਤੁਸੀਂ ਬਿਨਾਂ ਵੀਡੀਓ ਦੇਖੇ ਹੀ ਕਮੈਂਟ ਕਰ ਦਿੰਨੇ ਹੋ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਇਨਫੋਰਮੇਸ਼ਨ ਜ਼ਰੂਰ ਹੁੰਦੀ ਆ ਤੇ ਮੈਂ ਫੇਕ ਜਿਹੜੀਆਂ ਅਪਡੇਟਸ ਨੇ ਉਹਨਾਂ ਤੇ ਵੀਡੀਓ ਬਣਾ ਕੇ ਅਪਲੋਡ ਨਹੀਂ ਕਰਦਾ ਸੋ ਜਿਹੜੇ ਬੱਚੇ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਤੁਹਾਡਾ ਜਿਆਦਾ ਟਾਈਮ ਵੇਸਤਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਹੈ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵਾ ਸੋ ਉਸ ਦੀ ਆਪਾਂ ਡਿਟੇਲ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਸੌਰੀ ਇਸ ਟਾਈਮ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਤੇ ਜਿੱਦਾਂ ਹੀ ਆਪਾਂ ਸਕਰੋਲ ਨੂੰ ਡਾਊਨ ਕਰਾਂਗੇ ਤਾਂ ਨੰਬਰ 1 ਦੇ ਉੱਤੇ ਤੁਹਾਨੂੰ ਇੱਕ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਜੀ ਕਿ ਫਸਟ ਰਾਉਂਡ ਆਫ ਆਨਲਾਈਨ ਕਾਉਂਸਲਿੰਗ ਫਾਰ ਐਡਮਿਸ਼ਨ ਟੂ ਬੀਐਸਸੀ ਪੈਰਾਮੈਡੀਕਲ ਕੋਰਸਸ ਸੈਸ਼ਨ 2023 ਸੋ ਜਿੱਦਾਂ ਹੀ ਆਪਾਂ ਇਸ ਲਿੰਕ ਦੇ ਉੱਤੇ ਕਲਿੱਕ ਕਰਾਂਗੇ ਤਾਂ ਨੈਕਸਟ ਪੇਜ ਦੇ ਵਿੱਚ ਨੰਬਰ 1 ਤੇ ਆਪਾਂ ਨੂੰ ਐਪਲੀਕੈਂਟ ਲੌਗਇਨ ਫਿਰ ਕਾਲਜ ਲੌਗਇਨ ਦਾ ਆਪਸ਼ਨ ਆ ਜਿਹੜਾ ਉਹ ਦਿਖ ਜੂਗਾ ਸੋ ਜਿਹੜੀਆਂ ਇੰਪੋਰਟੈਂਟ ਡੇਟਸ ਨੇ ਉਹ ਤੁਸੀਂ ਨੋਟ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਆਲਰੇਡੀ ਕਿ ਡਿਸਪਲੇ ਆਫ ਪ੍ਰੋਵੀਜ਼ਨਲ ਮੈਰਿਟ ਲਿਸਟ ਆ ਜਿਹੜੀ ਉਹ 20 ਜੂਨ ਨੂੰ ਆਈ ਸੀ 4 7 2023 ਨੂੰ ਠੀਕ ਹੈ ਆ ਤੇ ਉਸ ਤੋਂ ਬਾਅਦ ਲਾਸਟ ਡੇਟ ਸੀਗੀ ਜਿਹੜੀ ਸਬਮਿਸ਼ਨ ਕਰਨ ਦੀ 5 7 2023 21 ਤੋਂ 6 ਤੋਂ ਲੈ ਕੇ ਜਿਹੜੀ 7 ਨੰਬਰ ਆ ਡਿਸਪਲੇ ਆਫ ਮੈਰਿਟ ਲਿਸਟਰ ਆਫਟਰ ਆਬਜੈਕਸ਼ਨ ਠੀਕ ਹੈ ਜੀ 7 7 2023 ਨੂੰ 22 ਤੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਰਿਜ਼ਲਟ ਜਿਹੜੀ ਚੁਆਇਸ ਫਿਲਿੰਗ ਫਸਟ ਰਾਉਂਡ ਆਨਲਾਈਨ ਕਾਉਂਸਲਿੰਗ ਆ 23 6 ਤੋਂ 28 ਛੇ ਫਿਰ 8 7 ਤੋਂ 11 7 ਤੱਕ ਤੇ ਰਿਜ਼ਲਟ ਜਿਹੜਾ ਉਹ 5 ਜੁਲਾਈ ਤੋਂ 17 ਜੁਲਾਈ 2023 ਠੀਕ ਹੈ ਜੀ ਲਾਸਟ ਡੇਟ ਆਫ ਸਬਮਿਸ਼ਨ ਆਬਜੈਕਸ਼ਨ ਆ ਜਿਹੜਾ ਉਹ ਹੈਗਾ 18 ਜੁਲਾਈ 2023 ਠੀਕ ਹੈ ਜੀ ਫਾਈਨਲ ਡਿਸਪਲੇ ਜਿਹੜੀ ਫਸਟ ਰਾਉਂਡ ਕਾਉਂਸਲਿੰਗ ਆ 18 ਜੁਲਾਈ ਨੂੰ ਹੋਊਗੀ ਠੀਕ ਹੈ ਜੀ 7 ਤੋਂ 18 ਤੇ ਡੇਟ ਆਫ ਰਿਪੋਰਟਿੰਗ ਜੁਆਇਨਿੰਗ ਉਹ 12 ਜੁਲਾਈ ਤੋਂ 24 ਜੁਲਾਈ ਆ ਠੀਕ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇੰਪੋਰਟੈਂਟ ਡੇਟਸ ਨੇ ਉਹ ਇਹਨਾਂ ਨੇ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਸੌਰੀ ਹਾਂਜੀ ਸੋ ਸਾਰੀਆਂ ਇੰਪੋਰਟੈਂਟ ਡੇਟਸ ਮੈਂਸ਼ਨ ਕੀਤੀਆਂ ਨੇ ਤੇ ਇਹਨਾਂ ਨੇ ਨੀਚੇ ਵੀ ਦੱਸਿਆ ਵਾ ਕਿ ਜਿਹੜਾ ਸੈਕੰਡ ਰਾਉਂਡ ਆਫ ਆਨਲਾਈਨ ਕਾਉਂਸਲਿੰਗ ਆ ਵੀ ਵਿਲ ਇਮੀਡੀਏਟ ਉਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਆਫੀਸ਼ੀਅਲ ਵੈਬਸਾਈਟ ਤੇ ਜਲਦੀ ਆਜੂਗੀ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਇਨਫੋਰਮੇਸ਼ਨ ਫਸਟ 라ਉਂਡ ਸ਼ਡਿਊਲ ਫਾਰ ਆਨਲਾਈਨ ਕਾਉਂਸਲਿੰਗ ਫਸਟ 라ਉਂਡ ਦਾ ਇਹ ਸ਼ਡਿਊਲ ਆ ਠੀਕ ਹੈ ਜੀ ਤੇ ਇਹਦੇ ਲਈ ਜਿਹੜਾ ਐਪਲੀਕੈਂਟ ਲੌਗਇਨ ਤੇ ਕਾਲਜ ਲੌਗਇਨ ਕਰਨ ਲਈ ਤੁਹਾਨੂੰ ਇਹਨਾਂ ਲਿੰਕਾਂ ਦੇ ਉੱਤੇ ਤੁਸੀਂ ਕਲਿੱਕ ਕਰ ਸਕਦੇ ਹੋ ਇਸ ਲਿੰਕ ਤੇ ਜਿੱਦਾਂ ਕਲਿੱਕ ਕਰੋਗੇ ਤਾਂ ਅੱਗੇ ਨੰਬਰ 1 ਤੇ ਰਜਿਸਟ੍ਰੇਸ਼ਨ ਨੰਬਰ ਫਿਰ ਪਾਸਵਰਡ ਇਨ ਕੈਪੀਟਲ ਲੈਟਰਸ ਫਿਰ ਸਿਕਿਉਰਿਟੀ ਕੋਡ ਆ ਜਿਹੜਾ نیچے ਦਿੱਤਾ ਇਹ ਸਿਕਿਉਰਿਟੀ ਕੋਡ ਭਰ ਕੇ ਤੁਸੀਂ ਲੌਗਇਨ ਕਰਨਾ ਹੋਊਗਾ ਠੀਕ ਹੈ ਜੀ ਫਿਰ ਤੁਸੀਂ ਲੌਗਇਨ ਕਰਕੇ ਜਿਹੜਾ ਅੱਗੇ ਦਾ ਪ੍ਰੋਸੈਸ ਆ ਉਹ ਕਰ ਸਕਦੇ ਹੋ ਸੋ ਉਮੀਦ ਕਰਦਾ ਜਿਹੜੇ ਬੱਚਿਆਂ ਨੇ ਇਹਨਾਂ ਕੋਰਸਾਂ ਦੇ ਲਈ ਅਪਲਾਈ ਕੀਤਾ ਹੋਇਆ ਵਾ ਜਿੱਦਾਂ ਸੋ ਉਹਨਾਂ ਲਈ ਇਹ ਇਨਫੋਰਮੇਸ਼ਨ ਕਾਫੀ ਇਨਫੋਰਮੇਟਿਵ ਹੋਊਗੀ ਕਿ ਫਸਟ ਰਾਉਂਡ ਆਫ ਆਨਲਾਈਨ ਕਾਉਂਸਲਿੰਗ ਫਾਰ ਐਡਮਿਸ਼ਨ ਟੂ ਬੀਐਸਸੀ ਪੈਰਾਮੈਡੀਕਲ ਕੋਰਸਸ ਠੀਕ ਹੈ ਜੀ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕਿਸੇ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਧੰਨਵਾਦ